ਏ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਕਲਿੱਪ ਦੇਖ ਰਹੇ ਹੋ ਇਹ ਜਿਹੜੀ ਆਪਾਂ ਦਵਾਈ ਬਣਾਈਆਂ ਉਹ ਦਾ ਨਤੀਜਾ ਹੈ ਉਹ ਦਵਾਈ ਦੀ ਵਰਤੋਂ ਜਿਹੜੀ ਆ ਆਪਾਂ ਕਾਹ ਦੇ ਉੱਪਰ ਕੀਤੀ ਆ ਤੇ ਆ ਜਿਹੜਾ ਰਿਜ਼ਲਟ ਆ ਆਪਣੇ ਸਾਹਮਣੇ ਨਿਕਲ ਕੇ ਆਇਆ ਤੁਸੀਂ ਵੇਖ ਸਕਦੇ ਜੀ ਜਿਹੜਾ ਕਾਹ ਏ ਉਹ ਪੂਰੀ ਤਰ੍ਹਾਂ ਹੀ ਜਿਹੜਾ ਏ ਖਤਮ ਹੋ ਚੁੱਕਾ ਏ ਉਹਦੇ ਨਾਲ ਹੀ ਜਿਹੜਾ ਅਗਲੇ ਬੰਨੇ ਹਰਿਆ ਕਾਹ ਏ ਉਸ ਤੇ ਆਪਾਂ ਜਿਹੜੀ ਆ ਸਪਰੇਅ ਨਹੀਂ ਹੀ ਵਰਤੀ ਤੇ ਜਿਹੜਾ ਇਹ ਕਾਹ ਇੱਕ ਸਾਈਡ ਤੇ ਆਪਾਂ ਨੂੰ ਦਿਖ ਰਿਹਾ ਲੰਮਾ ਦਾ ਲੰਮਾ ਉਸ ਉੱਪਰ ਜਿਹੜੀ ਆ ਆਪਾਂ ਜਿਹੜਾ ਦੇਸੀ ਨੁਕਤੇ ਨਾਲ కెਮੀਕਲ ਬਣਾਇਆ ਹੈ ਉਸ ਦੀ ਜਿਹੜੀ ਆ ਵਰਤੋਂ ਕੀਤੀ ਆ ਸੋ ساری ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਦਵਾਂਗੇ ਤੇ ਵੀਡੀਓ ਵਿੱਚ ਬਣੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸ਼ਾ ਫਾਰਮ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਆਪਾਂ ਘਰ ਦੇ ਵਿੱਚ ਹੀ ਰਾਉਂਡ ਅਪ ਦਵਾਈ ਤਿਆਰ ਕਰ ਸਕਦੇ ਆ ਪਿਛਲੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਜਿਹੜੀ ਆ ਜਾਣਕਾਰੀ ਸਾਂਝੀ ਕੀਤੀ ਸੀ ਪਰ ਉਸ ਵਿੱਚ ਜਿਹੜਾ ਇਹ ਕੁਝ ਸਮਾਨ ਜਿਹੜਾ ਆਪਾਂ ਵਰਤਿਆ ਸੀ ਉਹ ਕਿਸਾਨਾਂ ਨੂੰ ਜਿਹੜਾ ਇਹ ਨਹੀਂ ਹੀ ਮਿਲ ਰਿਹਾ ਉਸ ਵਿੱਚ ਆਪਾਂ ਸਿਲੀਕੇ ਦੀ ਵਰਤੋਂ ਕੀਤੀ ਸੀ ਜੋ ਕਿ ਬਾਜ਼ਾਰ ਵਿੱਚ ਲੈਣਾ ਜਿਹੜਾ ਇਹ ਬਹੁਤ ਹੀ ਮੁਸ਼ਕਲ ਹੈ ਨਾ ਤੇ ਉਹ ਹਾਰਡਵੇਅਰ ਵਾਲੀਆਂ ਦੁਕਾਨਾਂ ਤੋਂ ਮਿਲ ਰਿਹਾ ਸੀ ਅਤੇ ਨਾ ਹੀ ਉਹ ਜਿਹੜਾ ਹੈ ਪੰਸਾਰੀ ਦੀ ਦੁਕਾਨ ਤੋਂ ਮਿਲ ਰਿਹਾ ਸੀ ਸੋ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਨਵਾਂ ਤਰੀਕਾ ਲੈ ਕੇ ਹਾਜ਼ਰ ਹੋਏ ਆਂ ਸੋ ਸਾਰੀ ਵੀਡੀਓ ਨੂੰ ਜਿਹੜੀ ਆ ਪੂਰੀ ਲਾਸਟ ਤੱਕ ਜਰੂਰ ਵੇਖਿਓ ਇਸ ਸਪਰੇਅ ਦੀ ਜਿਹੜੀ ਵਰਤੋਂ ਆਪਾਂ ਹੋਰ ਵੀ ਕਾਫੀ ਥਾਵਾਂ ਤੇ ਕੀਤੀ ਸੀ ਉਸ ਦੀਆਂ ਵੀ ਜਿਹੜੀਆਂ ਕਲਿੱਪ ਆ ਉਹ ਤੁਸੀਂ ਵੀਡੀਓ ਦੇ ਵਿੱਚ ਜਿਹੜੀਆਂ ਐਡ ਹੋਈਆਂ ਵੇਖ ਸਕਦੇ ਜੇ ਸਭ ਤੋਂ ਪਹਿਲਾਂ ਤੁਸੀਂ ਨੋਟ ਕਰੋ ਕਿ ਕਿਹੜਾ-ਕਿਹੜਾ ਸਮਾਨ ਆਪਾਂ ਨੂੰ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਾਂ ਨੂੰ 2 ਕਿਲੋ ਲੂਣ ਚਾਹੀਦਾ ਹੈ ਭਾਅ ਆਪਾਂ ਕਿਲੋ-ਕਿਲੋ ਵਾਲੇ ਜਿਹੜੇ ਆ ਦੋ ਪੈਕੇਟ ਲੂਣ ਦੇ ਲੈਣੇ ਆ 10-10 ਰੁਪਏ ਦੇ ਆਪਾਂ ਨੂੰ ਮਿਲ ਜਾਣਗੇ ਦੂਜੇ ਨੰਬਰ ਤੇ ਆਪਾਂ ਲੈਣਾ ਹੈ ਜੀ 300 ml ਰੈੱਡ ਹਾਰਪਿਕ ਜਾਂ ਜਿਹੜਾ ਨੀਲਾ ਹਾਰਪਿਕ ਬਲੂ ਹਾਰਪਿਕ ਜਾਂ ਵਿਮ ਇਹ ਆਪਾਂ ਲੈਣਾ ਈ 300 ml ਉਸ ਤੋਂ ਅੱਗੇ ਆਪਾਂ ਲੈਣਾ ਸਿਰਕਾ ਅਚਾਰ ਵਾਲਾ ਸਿਰਕਾ ਲੈਣਾ ਜੀ ਉਹ ਆਪਾਂ ਲੈਣਾ ਏ 200 ml ਉਸ ਤੋਂ ਬਾਅਦ ਜਿਹੜੀ ਆਪਾਂ ਚੀਜ਼ ਦੀ ਵਰਤੋਂ ਕਰਨੀ ਆ ਉਹ ਕਰਨੀ ਆ ਐਸਿਡ ਤਜਾਬ ਇਹ ਤਜਾਬ ਖਾਸ ਕਰਕੇ ਆਪਾਂ ਫਲਸ਼ਾਂ ਸਾਫ਼ ਕਰਨ ਵਾਸਤੇ ਜਿਹੜਾ ਜਾਲਾ ਲੱਗਾ ਹੁੰਦਾ ਏ ਜਾਂ ਫਰਸ਼ਾਂ ਦੇ ਉੱਪਰ ਉਸ ਨੂੰ ਸਾਫ਼ ਕਰਨ ਵਾਸਤੇ ਜਿਹੜਾ ਵਰਤਦੇ ਆ ਇਹ ਆਪਾਂ ਨੂੰ ਚਾਹੀਦਾ ਏ 400 ਤੋਂ 500 ml ਤੇ ਹੁਣ ਤੁਹਾਨੂੰ ਦੱਸ ਦਿਆਂ ਕਿ ਇਹ ਫਾਰਮੂਲਾ ਬਣਾਉਣਾ ਕਿੱਦਾਂ ਹੈ ਸਭ ਤੋਂ ਪਹਿਲਾਂ 7 ਤੋਂ 8 ਲੀਟਰ ਬਾਲਟੀ ਦੇ ਵਿੱਚ ਜਿਹੜਾ ਹੈ ਤੁਸੀਂ ਪਾਣੀ ਪਾ ਲੈਣਾ ਹੈ ਉਸ ਵਿੱਚ ਜਿਹੜਾ ਦੋ ਪੈਕਟ ਲੂਣ ਦੇ ਪਾ ਦੇਣੇ ਆ ਤੇ ਨਾਲ ਹੀ ਜਿਹੜਾ 300 ml ਵਿਮ ਹਾਰਪਿਕ ਜਾਂ ਨੀਲਾ ਹਾਰਪਿਕ ਜਿਹੜਾ ਹੈ ਉਹ ਆਪਾਂ ਪਾ ਦੇਣਾ ਹੈ ਉਸ ਤੋਂ ਬਾਅਦ ਇਹਨੂੰ ਇੱਕ ਰਾਤ ਇਦਾਂ ਹੀ ਕੁਲਿਆ ਰਹਿਣ ਦੇਣਾ ਤਾਂ ਜੋ ਜਿਹੜਾ ਲੂਣ ਤੇ ਜਿਹੜੀ ਸਰਫ ਜੀ ਆ ਇਹ ਚੰਗੀ ਤਰ੍ਹਾਂ ਮਿਕਸ ਹੋ ਸਕੇ ਪੂਰੀ ਇੱਕ ਰਾਤ ਇਹਨੂੰ ਆਪਾਂ ਜਿਹੜਾ ਏ ਉਹ ਭਿਉਂਗੇ ਰੱਖਣਾ ਹੈ ਤੇ ਇਹਨੂੰ ਨਾ 2-2 ਘੰਟੇ ਬਾਅਦ ਆਪਾਂ ਦੋ ਵਾਰੀ ਹਿਲਾਉਣਾ ਹੈ ਤਾਂ ਜੋ ਚੰਗੀ ਤਰ੍ਹਾਂ ਜਿਹੜਾ ਏ ਉਹ ਮਿਕਸ ਹੋ ਸਕੇ ਫਿਰ ਅਗਲੇ ਦਿਨ ਆਪਾਂ ਉਸੇ ਹੀ ਘੋਲ ਦੇ ਵਿੱਚ ਜਿਹੜਾ ਤੇ ਨਾਲ ਜਿਹੜਾ 200 ml ਸਿਰਕਾ ਅਤੇ 500 ml ਜਿਹੜਾ ਏ ਆਪਾਂ ਤੇਜਾਬ ਉਹਦੇ ਵਿੱਚ ਪਾ ਦੇਣਾ ਤੇ ਇਹ ਸਭ ਪਾਉਣ ਤੋਂ ਬਾਅਦ ਜਿਹੜਾ ਆਪਾਂ ਚੰਗੀ ਤਰ੍ਹਾਂ ਸਾਰੇ ਮਿਸ਼ਰਣ ਨੂੰ ਜਿਹੜਾ ਏ ਇੱਕ ਵਾਰੀ ਹਿਲਾਉਣਾ ਹੈ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਲੈਣੀ ਆ 16 ਲੀਟਰ ਵਾਲੀ ਡਰਮੀ 16 ਲੀਟਰ ਵਾਲੀ ਡਰਮੀ ਦੇ ਵਿੱਚ 8 ਲੀਟਰ ਤੇ ਆਪਣਾ ਇਹ ਜਿਹੜਾ ਕੋਲ ਆਪਾਂ ਤਿਆਰ ਕੀਤਾ ਹੈ ਇਹ ਪੈ ਜਾਣਾ। ਬਾਕੀ ਤੁਸੀਂ ਜਿਹੜਾ ਹੈ 8 ਲੀਟਰ ਉਹ ਪਾਣੀ ਪਾ ਕੇ ਜਿਹੜਾ ਹੈ ਇਹਦੀ ਵਰਤੋਂ ਕਾ ਉੱਪਰ ਕਰ ਸਕਦੇ ਜੇ। ਕਾ ਉੱਪਰ ਵਰਤੋਂ ਕਰਨ ਦਾ ਸਹੀ ਸਮਾਂ ਜਿਹੜਾ ਹੈ ਉਹ ਸਵੇਰ ਦਾ ਟਾਈਮ ਹੈ 12 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਦੀ ਵਰਤੋਂ ਜਿਹੜੀ ਆ ਕਾ ਦੇ ਉੱਪਰ ਕਰ ਸਕਦੇ ਜੇ। ਪਰ ਇਹ ਧਿਆਨ ਜ਼ਰੂਰ ਰੱਖੋ ਕਿ ਜਿਹੜਾ 2 ਦਿਨ ਤੱਕ ਜਿਹੜਾ ਇਹ ਮੀਂਹ ਨਾ ਪਵੇ। 2 ਦਿਨਾਂ ਦੇ ਅੰਦਰ-ਅੰਦਰ ਇਹ ਜਿਹੜਾ ਬਹੁਤ ਵਧੀਆ ਰਿਜ਼ਲਟ ਆਪਾਂ ਨੂੰ ਦੇ ਦੇਵੇਗਾ। ਤੇ ਜਿਹੜੀ ਬਾਲਟੀ ਵਿੱਚ ਆਪਾਂ ਘੋਲ ਬਣਾਇਆ ਹੈ ਉਹ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਜਿਹੜੀ ਆ ਉਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੈਣੀ ਆ ਜੇਕਰ ਆਪਾਂ ਇਹਦੇ ਖਰਚੇ ਦੀ ਗੱਲ ਕਰਦੇ ਆ ਤਾਂ ਇਹ ਸਾਰਾ ਸਮਾਨ ਆਪਾਂ ਨੂੰ 70 ਰੁਪਏ ਦੇ ਲਾਗੇ ਬੰਨੇ ਪਵੇਗਾ 20 ਰੁਪਏ ਦੀ ਵਿਮ ਪਵੇਗੀ 20 ਰੁਪਏ ਦਾ ਲੂਣ ਤੇ 15 ਰੁਪਏ ਦਾ ਆਪਾਂ ਨੂੰ ਪਵੇਗਾ ਸਿਰਕਾ ਅਤੇ 15 ਰੁਪਏ ਦਾ ਪਵੇਗਾ ਆਪਾਂ ਨੂੰ ਜਿਹੜਾ ਇਤਜਾਬ ਇਹਦੀ ਜਿਹੜੀ 1-1 ਲੀਟਰ ਵਾਲੀ ਪੈਕਿੰਗ ਹੈ ਉਹ ਆਪਾਂ ਨੂੰ 30-30 ਰੁਪਏ ਦੀ ਆਮ ਹੀ ਜਿਹੜੀ ਮਿਲ ਜਾਂਦੀ ਆ ਤੇ ਜਿਹੜਾ ਤੁਸੀਂ ਹਾਰਪਿਕ ਵਰਤਨਾ ਉਹ ਕਿਸੇ ਦੇਸੀ ਕੰਪਨੀ ਜਾਂ ਜਾਂ ਚਾਲੂ ਕੰਪਨੀ ਦਾ ਵੀ ਜਿਹੜਾ ਹੈ ਤੁਸੀਂ ਵਰਤ ਸਕਦੇ ਜੀ ਉਹਦਾ ਵੀ ਜਿਹੜਾ ਆਪਾਂ ਨੂੰ ਚੰਗਾ ਰਿਜ਼ਲਟ ਘਾ ਦੇ ਉੱਪਰ ਵੇਖਣ ਨੂੰ ਮਿਲੂਗਾ ਸੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਅੱਗੇ ਕਿਸਾਨਾਂ ਤੱਕ ਸ਼ੇਅਰ ਜਰੂਰ ਕਰ ਦਿਓ ਜੀ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ